No, I'll go. 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 ਜਲੇਬੀਆਂ ਹਾਂਜੀ ਅੱਛਾ ਜੀ ਬ੍ਰਦਰ ਇਹ ਨਾਸ਼ਤਾ ਉਹ ਖਾਲੀ ਵੀਕਐਂਡ ਹੋਣਾ ਕਿ ਹਾਂਜੀ ਵੀਕਐਂਡ ਸੈਟਰਡੇ ਸੰਡੇ ਸਵੇਰ 8 ਤੋਂ ਬ੍ਰਦਰ ਜਵੇਦ ਜੀ ਜੀ ਅੱਛਾ ਹੁਣ ਜੁਲਿਆ ਸੋ ਰੋਡ ਨੇ ਉਸ ਪਾਸੇ ਜਿਸ ਪਾਸੇ ਬਹੁਤ ਕੰਮ ਬਿਜ਼ੀ ਹੋਣਾ 25 ਪੁਆਇੰਟ ਲਗਾ ਮੈਂ ਤੁਹਾਨੂੰ ਦੱਸਦਾ ਜੀ ਬismillahirrahmanirrahim ਸੋ ਗਾਇਸ ਉਮੀਦ ਕਰਨਾ ਜੀ ਸਾਹਿਬ ਬਾਬਾ ਠੀਕ ਠਾਕ ਹੋ ਸੋ ਖੈਰੀਅਤ ਨਾ ਸੋ ਅੱਲਾਹ ਤਲੇ ਸੋ ਮਾਲੀ ਸੋ ਅੱਜ ਸਾ ਮੌਜੂਦ ਹੈ ਜੀ ਸੋ ਰੋਡ ਪਰ ਨਾਲ ਮਾਰੇ ਕੋਣ ਦੱਸਣਾ ਚੱਕ ਰਣਾ ਉਹ ਆਣੇ ਜੀ ਤੋ ਕਰਨਾ ਨਾਸ਼ਤਾ ਆਣੇ ਹਲਵਾ ਪੂੜੀ ਬੜੀ ਜ਼ਬਰਦਸਤ ਹੈ ਹੁਣ ਜੁੱਲੇ ਆ ਸੋ ਰੋਡ ਫਿਲਹਾਲ ਸੇ ਬਣਾਣੇ ਆ ਮਾਰੇ ਬੜੇ ਫੇਮਸ ਯੂਟਿਊਬਰ ਅਖਲਤੇ ਵੇ ਗਏ 3 ਵੀ ਸੂਟਾ ਵਿੱਚ ਅਸਲਾਮ ਅਲੈਕਮ ਹਾਂਜੀ ਇਹ ਚਮਕੇ ਚਮਕੇ ਵੇ ਖੈਰ ਵੇ I'm going to go to the house. अरे ये जाकटा कोई आफरा नहीं है पजवेद ये हुन क्या करो लिखिया कुछ नहीं है परु ना ना लिखिया है 5.5 100 रुपया आफरा नहीं है जी 50 पौना नहीं है हुन बाओ त आई गया जी अच्छा ये तो दुए कपड़े छपड़े अच्छा बड़ा सुहाना मैं तो खोजी करे ना सारा सामान 100 रुपया ला ਤੇ ਅੱਗੇ ਐਸੀ ਹੈ ਅੰਮ੍ਰਿਤਸਰ ਤੜਕਾ ਅੱਛਾ ਜੀ ਤੇ ਇਹ ਚੰਗਾ ਸੀ ਭਜਵੇਦ ਅੰਮ੍ਰਿਤਸਰ ਤੜਕਾ ਵੀ ਕਹਿ ਰਹੇ ਹੋ ਬੋਲ ਰਹੇ ਹੋ ਜੀ ਸਾਹਿਬ ਹਲੇ ਇਹਦਾ ਢਾਬਾ ਬੰਦ ਹੈ ਹਲੇ ਹਾਂ ਇਹ ਆ ਤਾਂ ਕੋ ਜੀ ਤੇ ਸਾਰਾ ਲਗਾ ਵਾ ਢਾਬਾ ਹਲੇ ਕਿ ਢਾਬਾ ਫਿਲਹਾਲ ਹੈ ਬੰਦ ਨਹੀਂ ਖੁੱਲਾ ਵੈਸੇ ਇਹ ਢਾਬੇ ਖੁਲਾ ਵਰਨਾ ਇਹ ਢਾਬੇ ਖੁਲਾ ਵਰਨਾ ਦੇਸੀ ਮੋਲ ਕਿੱਦਾਂ ਜੀ ਠੀਕ ਹੈ ਭਾਜੀ ਇਹ ਕਿੰਨੇ ਵਜੇ ਖੁੱਲੇਗਾ ਜਲੇਬੀਆਂ ਜਲੇਬੀਆਂ ਹਾਂ ਜੀ ਅੰਬਾ 100 ਰੁਪਏ ਤੱਕ ਦੇ ਜਲੇਬੀਆਂ ਹੋਰ ਕਿਆ ਚਾਹੀਦਾ ਹਾਂ ਤੇ ਕਿੰਨੇ ਵਜੇ ਤਿਆਰ ਹੁੰਦਾ ਕੰਮ ਤਕਰੀਬਨ 10-15 ਮਿੰਟਾਂ ਹੋਰ ਹਾਂ ਆ ਤਾਂ ਕੋ ਜੀ ਜੀ ਜਲੇਬੀਆਂ ਖਾਣੀ ਤਾਜ਼ੀ ਤਾਜ਼ੀਆਂ ਦਾ ਚੋ ਤਾਜ਼ੀ ਜਲੇਬੀ ਕੜੀ ਦੇਸਨ ਭਜਵੇਦ ਮੁੜੇ ਨਹੀਂ ਜੁਲੇ ਜੇ ਮੁੜੇ ਮੁੜੇ ਬਣੀ ਦਾ ਆਈ ਕੇ ਤੋਂ ਕੋਣ ਬਾਕੀ ਤੋਂ ਡੰਡੇ ਪੇ ਨਾ ਮੁੜੇ ਜਿਹੜੇ ਟੈਸਟ ਮਸ਼ਹੂਰ ਕਿਹ ਚਾਹ ਵਾਲਾ ਹੈ ਅਜੇ ਉਹ ਨਾ ਪਸੰਦ ਆਇਆ ਤੇ ਤੂੰ ਕਰੀ ਗਿਆ ਸੋ ਚੱਲ ਸੋ ਕਿਆ ਹਣੇ ਹੋ ਆਈ ਦੇ ਕੇ ਹਾਲਾ ਕਿ ਬੜੀ ਮਰੋਣਾ ਸੁਣੇ ਆਣੇ ਬਾਰੇ ਸਾਰੇ ਬਣੇ ਪਾਕਿਸਤਾਨ ਜਾ ਰਹੇ ਹੋ ਤੇ ਉੱਥੋਂ ਰਸਤਾ ਕਿੱਥੋਂ ਕਰਸੋ ਫਿਰ ਥਾਂ ਕੋਲ ਰੋਣੀ ਨਾ ਕੋਈ ਗਮਿਆ ਵਾ ਚਲੋ ਇਹ ਤਾਂ ਬੜਾ ਮਸ਼ਹੂਰ ਆ ਜਿਹੜੇ ਬੰਦੇ ਜਾਣੇ ਖੱਲੇ ਜੇ ਪਾਕਿਸਤਾਨ ਨੂੰ ਜਾਣੇ ਇੱਥੋਂ ਜਾਣੇ ਨਾ ਪਾਕਿਸਤਾਨ ਜੀ ਜੀ ਉਹ ਜੇ ਖੱਲੇ ਬਾਬਾ ਜੀ ਹੋਟਲ ਹੋਈ ਗਿਆ ਬਾਕੀ ਹੋਈ ਗਏ ਸਾ ਕਿਆ ਪ੍ਰੋਗਰਾਮ ਹੈ ਅੱਛਾ ਵੱਡਾ ਪਿਆਸ ਸਟਾਕ ਹੈ ਭਜਵੇਦ ਪਿਆਜ ਕਰਸੋ ਪਿਆਜ ਬੱਲੇ 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 ਬੜਾ ਪਿਆਸ ਹੈ ਵਾ ਹਾਂ ਜੀ ਆਏ ਤਾਂ ਫਿਰ ਬਾਕੀ ਵੀ ਜਿਹੜਾ ਨਾ ਸਿਸਟਮ ਬਸ ਟੋਲ ਪਰ ਸੱਚ ਲਾਈ ਨਾ ਕੀ ਆਹਨੇ ਉਹ ਕਿਚਨ ਪੇਪਰ ਸੀ ਵੈਸੇ ਜੀ ਕਿਚਨ ਪੇਪਰ ਸੀ ਹਲਾ ਇਹ ਦੱਸੋ ਧੁੱਪ ਲੱਗੀ ਨਾ ਤਾਂ ਫੋਨ ਮਾਰ ਜਟਾ ਜਾਨੇ ਹੂੰ ਬਾਊ ਪਾਪੇ ਤਰਾ ਪੁੰਡਾ ਨਹੀਂ ਆ ਜਿਸ ਸਾਹ ਖਾਣਾ ਹੈ ਜੋ ਕਰਿਆਂਡਾ ਵੀ ਆ ਤਾਂ ਪਰ ਕਰਿਆਂਡਾ ਵੀ ਤਰਾ ਪੁੰਡਾ ਨਾ ਸਸਤਾ ਦਾ ਕੰਮ ਅਲੇ ਆ ਤੁਸਾਂ ਹੱਥੂ ਕਿੜਿਆ ਕਰੋ ਕੈਮਰੇ ਸਮਾਨ ਜੇ ਤਕੋ ਨਾ 15 ਪੁੰਡਾ ਲਗਾ ਸੋ ਜੀ ਇੱਥੇ ਮੰਗਾਣੇ ਹੋ ਆ ਤਕੋ ਹੋਰ ਕਾ ਚਾਹੀਦਾ
ਅੱਛਾ ਭਾਜੀ ਵੇ ਤੇ ਬਾਰਬੀਕਿਊ ਹੈ ਨਾ ਇਹ ਬਾਰਬੀਕਿਊ ਨਹੀਂ ਇਹ ਆਂਡੀ ਰੱਖਣੇ ਦਾ ਕੰਮ ਰੱਖਣੇ ਲਾ ਹਾਂ ਤੇ ਲੈਣਾ ਬਾਰਬੀਕਿਊ ਰਹੇ ਪਹਿਲੇ ਮੈਂ ਸੇ ਬਾਰਬੀਕਿਊ ਹੈ ਅਲੇ ਦੇ ਛੱਡੇ ਛੋ ਪਕਸਾ ਜਾ ਸੁਣੋ ਹਾਂ ਜੀ ਬਕਸਾ ਹੈ ਨੇ ਕਿ ਤੂੰ ਪੁੱਛਾ ਕਿਤੇ ਨਾ ਆਏ ਚੰਗਾ ਲੈ ਬਲੂ ਜ਼ਬਰਦਸਤ ਬਕਸਾ ਹੱਡੀ ਸੋਨੀ ਕਿਹੜੀ ਸੰਗਮ ਆਲਾ ਇਹ ਸਵੀਟ ਸੈਂਟਰ ਪੱਕੀ ਗੱਲ ਹਲਾਲ ਹੈ ਜੇ ਰਿਹਾ ਜੀ ਸਰ ਅੱਜ ਭਾਜ ਵੇਦ ਹੁਣ ਇਸ ਦੇ ਪਰਦਾ ਰੱਖਿਆ ਪਿੱਛੇ ਵੀ ਖੜਾ ਸੀ ਮੁਸਤਾਕ ਨੇ ਮੈਂ ਹਾਂਜੀ ਹਾਂਜੀ ਉਹ ਉੱਥੇ ਨਾਸ਼ਤਾ ਸੀ ਨਾਈਸ ਹੁਣ ਚੈੱਕ ਕਰੀਆ ਕਿਤੇ ਨਾਸ਼ਾ ਇਹ ਹੁਣ ਪੁੱਛਾਂ ਅੰਦਰ ਹੋ ਗਿਆ ਕਿ ਆਪ ਅੱਛਾ ਭਾਜੇ ਵੇਦ ਕੀ ਪ੍ਰੋਗਰਾਮ ਨੇ ਐ ਤਾਂ ਕੋ ਮਠਿਆਈ ਠੀਕ ਹੈ ਜ਼ਬਰਦਸਤ ਮਠਿਆਈ ਜੇ ਅਗਰ ਤੁਸੀਂ ਪ੍ਰੋਗਰਾਮ ਕਰਨੇ ਹੋ ਅਗਰ ਸ਼ਾਦੀ ਇਰਾਦਾ ਥਿਆ ਤਾਂ ਦੱਸੋ ਉਹ ਤਾਂ ਡੱਬਾ ਬਣਾਈ ਕਿ ਨਹੀਂ ਮਠਿਆਈ ਕੀ ਹੈ ਜੀ ਮਠਿਆਈਆਂ ਨਾ ਦੇਖੋ ਨਾ ਜਲੇਬੀ ਸ਼ੇਬੀਆਂ ਕਾਫੀ ਸਟੱਕ ਹੈ ਬਾਕੀ ਵੀ ਸ਼ੀਸ਼ ਕਬਾਬ ਸ਼ਾਬ ਬੈਟਰ ਵੀ ਦੂਏ ਵੀ ਪੀਵੇ ਇਹ ਸਾਗਾ ਪ੍ਰਾਈਜ਼ ਲੱਗੀ ਹੋਈ ਜੀ 8.4 pound ਪਤਾ ਨਹੀਂ 8 ਨੇ ਕਿਹਾ 4 ਨੇ ਕਿਹਾ ਤਾਂ ਲੈਮ ਕੜੀ ਵੀ ਕਰਨੇ ਤਾਂ ਖਲਾਲ ਨੇ ਜਿਹੜੇ ਮੁਕਸਰ ਬੜੀ ਗੱਲ ਹੈ ਤਾਂ ਇਹਨਾਂ ਨੂੰ ਖਾਣਾ ਉਹਨੂੰ ਚੈੱਕ ਕਰ ਸਕਦਾ ਸਾਨੂੰ ਟੇਸਟ ਕੀਆ ਜੀ ਠੀਕ ਹੈ ਇਹ ਦੇਖੋ ਵਾਹ ਵਾਹ ਸੋਨਾ ਸਟਾਰ ਬਣਦਾ ਉਹ ਕਿਆ ਸਾਰਾ ਜੀ ਗਰਮਾ ਗਰਮ ਹਲਵਾ ਬੜੀ ਹੈ ਦੇਖੋ ਭਜਵੇਦ ਜੀ ਜੀ ਇਹ ਤਾਂ ਕੁਛ ਹਲਵਾ ਪੂਰੀ ਗਰਮਾ ਗਰਮ ਦੇਖੋ ਧੂੰਆਂ ਨਿਕਲਾ ਪਿਆ ਨੇ ਕੁੜੀਆਂ ਚੋਂ ਅੱਛਾ ਪੂਰੀ ਬੂਹ ਉੱਪਰ ਕਿਆ ਬਣੇ ਉਸਰੀ ਵੀ ਦਾਣੇ ਬੰਦੇ ਭੁੱਖ ਲਈ ਵੈ ਬੂਸਰੀ ਹੋਣੀ ਤੁਸੀਂ ਲਈ ਦੱਸੋਗੇ ਲਈ ਮੀਂਹ ਲਈ ਭੁੱਖ ਜ਼ਿਆਦਾ ਇਹ ਸਾਡੇ ਕੀ ਦੇਸੀ ਚਾਹ ਲਾ ਲਈ ਨਾ ਕਹਿੰਦਾ ਤਾਂ ਨਾਲ ਚਾਹ ਕਿਆ ਆਖਣੇ ਹੁਣ ਨਾਸ਼ਤਾ ਤਾਂ ਚਾਹ ਤਾਂ ਮਿਲ ਜਾਂ ਸੋਗੀ ਖਾਣੇ ਚੋਂ ਅੱਛਾ ਜੀ ਬ੍ਰਦਰ ਜੇ ਨਾਸ਼ਤਾ ਉਹ ਖਾਲੀ ਵੀਕਐਂਡ ਹੋਣਾ ਕਿ ਹਾਂ ਜੀ ਵੀਕਐਂਡ ਸੈਟਰਡੇ ਸੰਡੇ ਸਵੇਰ 8 ਤੋਂ 2 ਵਜੇ ਤੱਕ 2 ਵਜੇ ਤੱਕ ਤੇ ਇਹ ਤਾਂ ਮਤਲਬ ਕੋਈ ਵੈਸੇ ਪਤਾ ਅੱਛਾ ਤੇ ਬਣਾਈ ਦੇਣੀ ਹੋਈ ਜਾਂ ਨਹੀਂ ਸਿਸਟਮ ਹੋਣਾ ਵੀਕ ਡੇ ਵੀ ਸਾਡੇ ਕੋਲ ਪਰਾਠੇ ਵਗੈਰਾ ਹੋਣੇ ਠੀਕ ਹੈ ਆਮਲੇਟ ਦੇ ਚ ਬ੍ਰੇਕਫਾਸਟ ਇੰਗਲਿਸ਼ ਬ੍ਰੇਕਫਾਸਟ ਠੀਕ ਹੈ ਜੀ ਉਹ ਆਲ ਡੇ ਚੱਲਣਾ ਪੂਰਾ ਦਿਨ ਠੀਕ ਹੈ ਤੇ ਇਨਸ਼ਾਅੱਲਾ ਹੋਰ ਮਤਲਬ ਇਸ ਮਜ਼ੀਦ ਪ੍ਰੋਗਰਾਮ ਹੈ ਕੋਈ ਕਿਆ ਕਰਨੇ ਨਾ ਕੜੀਆਂ ਛੜੀਆਂ ਤੱਕਿਆ ਉਸ ਨਾਲ ਪਿਆ ਮੈਂ ਇਹ ਪਿਆਸ ਤੱਕਿਆ ਤਾਂ ਕੁਝ ਹੀ ਨਾ ਸਾਗ ਅਜੇ ਸਾਗ ਕਿਹੜਾ ਆਪਣਾ ਆਪਣਾ ਲੱਸੀ ਦਾ ਸਾਗ ਹੈ ਦੂਆ ਸਾਗ ਨਹੀਂ ਲੱਸੀ ਅੱਲਾ ਨਹੀਂ ਦੂਸਰਾ ਸਾਗ ਆਪਣਾ ਪਾਕਿਸਤਾਨੀ ਇੰਡੀਅਨ ਸਟਾਈਲ ਹੀ ਠੀਕ ਹੈ ਇਨਸ਼ਾਅੱਲਾ ਤੁਸੀਂ ਚੈੱਕ ਕਰੇ ਨਾਈਸ ਲੱਗਸੀ ਤੁਸੀਂ ਕਿ ਜਿਸ ਜ਼ਰੂਰ ਨਾ ਦੇਸੀ ਸਾਗ ਬਣਾ ਪਾਕਿਸਤਾਨ ਮੈਂ ਬਿਲਕੁਲ ਜੀ ਮੈਂ ਚਿਕਨ ਅੱਛਾ ਇਹ ਮੈਂ ਕਿ ਪੜੀ ਸੀ ਪ੍ਰਾਈਸ ਲਾਰਜ 8 pound ਨਿੱਕਾ 4 pound ਤੱਕ ਜੀ ਪ੍ਰਾਈਸ ਬਹੁਤ ਸਸਤੀ ਹੈ ਮਾਸ਼ਾਅੱਲਾ ਜਜ਼ਾਕ ਅੱਲਾ ਬਹੁਤ ਨਾਈਸ ਖਾਣਾ ਚਾਹੁੰਦਾ ਇਨਸ਼ਾਅੱਲਾ ਫਿਰ ਮੁਲਾਕਾਤ ਹੋਸੀ ਇਨਸ਼ਾਅੱਲਾ ਬ੍ਰਦਰ ਜਵੇਦ ਜੀ ਜੀ ਅੱਛਾ ਹੁਣ ਜੁਲਿਆ ਸੋ ਰੋਡ ਨੇ ਉਸ ਪਾਸੇ ਜਿਸ ਪਾਸੇ ਬਹੁਤ ਕੰਮ ਬਿਜ਼ੀ ਹੋਣਾ ਤਾਂ ਮਾੜਾ ਪ੍ਰੋਗਰਾਮ ਹੈ ਕਿ ਜੁਲੀ ਦੇ ਚੈੱਕ ਕਰਾਈਏ ਆਵਾਮ ਕੀ ਕਿ ਕਿਤਨਾ ਕੁ ਬਿਜ਼ੀ ਹੈ ਕਿਆ ਆਖਣੇ ਹੋ ਨਾ ਹੁਣ ਤਾਂ ਕੋਈ ਟ੍ਰੈਫਿਕ ਦਿਸਣੀ ਸੋ ਰੋਡ ਨਹੀਂ ਬਸ ਦਿਸਣੀ ਨੇ ਬਸ ਭਰੀ ਵੀ ਫੁੱਲੋ ਫੁੱਲ ਚੈੱਕ ਕਰਾਉਣੇ ਆ ਚੈੱਕ ਹੋਣਾ ਸੋ ਰੋਡ ਦੀਆਂ ਰੌਣਕਾਂ ਕੀ ਆ ਜੀ ਤਾਂ ਕਾਰ ਪਾਰਕ ਨੇ 1 pound per hour ਕੁਝ ਸ਼ਾਪਾਂ ਹੀ ਜਿਹੜੀਆਂ ਖੁੱਲ੍ਹੀਆਂ 24 hours ਹੁਣ ਹੁਣ ਉਹ ਪਹਿਲਾ ਸਿਸਟਮ ਖਤਮ ਹੋ ਗਿਆ ਜਿਹੜਾ ਸੀ ਆਣੇ ਉਹ ਦੁਕਾਨਾਂ ਬੰਦ ਹੋ ਗਈਆਂ ਕਿਹਾ ਪਿਛੇ ਹੁਣ ਤਕਰੀਬਨ ਸ਼ਾਪਾਂ ਹੀ 24 hours ਤਾਂ ਹੁਣ ਲਾਈਫ ਈਜ਼ੀ ਹੋ ਗਈ ਹੈ ਕਹਿਣੇ ਉਹ ਜੀ ਜੀ ਅੱਗੇ ਖੋਲੂੰ ਅੱਗੇ ਸਾਫ ਹੋਣਾ ਸੀ ਕਿ ਚਲੋ ਸ਼ਾਮੀ ਸੇ ਚੀਜ਼ ਚਾਹੀਦੀ ਹੈ ਕੋਈ ਸਿਸਟਮ ਚਾਹੀਦਾ ਮੈਂ ਅੱਧੀ ਲੱਭਣਾ ਸੀ ਭਾਜੀ ਵੇਦ ਕੱਪੜੇ ਲਏ ਆਫਰ ਪਰ ਸੇਲ ਲੱਗੀ 25 pound ਇੱਕ ਸੌ ਕਿਤੇ ਤਾਂ ਮੈਂ ਨਾ ਅੱਜ ਪਾਵੀ ਚੀ ਕਿਨੋ 25 pound ਲਗਾ ਮੈਂ ਤੁਹਾਨੂੰ ਦੱਸਦਾ ਸੇਲ ਆਫਰ ਲੱਗੀ ਹੋਈ ਆ 70 pound ਲੁੱਕ ਨਾ ਇਹ ਭਾਜੀ ਵੇਦ ਇਹ ਕਿਹੜਾ ਸਟਾਈਲ ਦਾ ਸੂਟ ਲੱਗਣਾ ਇਹ ਮੁਕਾ ਪਤਾ ਜੀ ਸਾਨੂੰ ਤਾਂ ਇਹ ਜ਼ਿਆਦਾਤਰ ਇਹ ਲਾਣੇ ਪਠਾਨ ਇਹ ਵੀ ਡਿਫਰੈਂਟ ਲਗਾ ਹਾਂ ਡਿਫਰੈਂਟ ਹੈ ਪ੍ਰਾਈਜ਼ ਵੀ ਸੀਗਾ
ਦੇਖੋ ਜੀ ਇਸਕੇ ਨਾ ਰੰਗ ਬਰੰਗਾ ਸੂਟ ਆਈ ਜਾਓ ਅੰਦਰ ਲਗੇ ਵੇ ਇਹ ਤੁਸੀਂ ਅੱਜ ਵੀ ਮੁਕਰੀ ਗਏ ਹੋ ਇਹ ਕਿਆ ਵਜ੍ਹਾ ਸਾਡੀ ਭਾਬੀ ਕੀ ਨਹੀਂ ਕਹਿੰਦੇ ਨੇ ਉਹ ਕੱਪੜੇ ਹੁਣ ਤੁਹਾਨੂੰ ਦੱਸਣੀ ਚੀਜ਼ ਉਹ ਕਿ ਜਿਹੜੀ ਉਹ ਪਸੰਦ ਨਹੀਂ ਤਾਂ ਵੇ ਕੀ ਨੰਗ ਹੈ ਇਹ ਤਾਂ ਉਹ ਰੰਗ ਬਰੰਗਾ ਸੀ ਤਿਆਰ ਰੰਗ ਬਰੰਗਾ ਸਭ ਫਿਰ ਹੁਣ ਇਹ ਅਸਾਂ ਪਸੰਦ ਆਪਣੀ 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 ਇਹ ਆ ਇਹ ਆ ਤਾਂ ਇਹ ਸੇਲਾਂ ਲਈਆਂ ਵੀ ਇਹਦੇ ਕੋਲ ਹਾਂ ਇਹ ਤਾਂ ਕੋਈ ਨਹੀਂ ਜੀ ਅਸੀਂ ਸੋ ਰੋਡ ਦੀਆਂ ਰੌਣਕਾਂ ਜੀ ਅਤੇ ਸੋ ਰੋਡ ਵਾਲੀ ਕਾਫੀ ਲੰਬਾ ਹੈ ਲੇਕਿਨ ਅਗਰ ਸਾਰਾ ਸੋ ਰੋਡ ਕਵਰ ਕੀਤਾ ਤਾਂ ਵਿਲਾਗ ਮਹਾਲਾ 'ਚ ਕੋਈ ਬੂਝ ਲੰਬਾ ਹੋ ਜਾਸੀ ਹੈ ਅਤੇ ਕਾਫੀ ਸੇਲਾਂ 'ਚ ਲੱਗੀਆਂ ਹੋਈਆਂ ਕਾਫੀ ਆਫਰਾਂ ਲੱਗੀਆਂ ਹੋਈਆਂ ਅਤੇ ਇਸ ਤੋਂ ਬਾਅਦ ਤੱਕੋ ਸਟਰੀਟ ਪਰ ਕਾਫੀ ਹੱਦ ਤੱਕ ਇੰਨਾ ਜਿਹੜਾ ਸਮਾਨ ਵਗੈਰਾ ਲਾਇਆ ਵਾ ਵੈਰੀ ਨਾਈਸ ਅਤੇ ਇੱਥੇ ਮੈਂ ਇਹ ਤੱਕਿਆ ਨਾ ਮੈਨੂੰ ਪਤਾ ਲੱਗ ਕੇ ਮੈਂ ਇੰਡੀਆ ਪਹੁੰਚੀ ਹਾਂ ਇਹ ਤੱਕੋ ਅਤੇ ਇੱਥੇ ਹੀ ਕਰਨੇ ਆ ਵਿਲਾਗ ਖਤਮ ਅਤੇ ਦੁਆ 'ਚ ਰੱਖਿਆ ਯਾਦ ਅਗਰ ਵਿਲਾਗ ਪਸੰਦ ਆਇਆ ਲਾਈਕ ਸ਼ੇਅਰ ਬਟਨ ਦਬਾਉਣਾ ਨਾ ਭੁੱਲਿਓ ਇਜਾਜ਼ਤ ਦਿਓ ਖੁਦਾ ਹਾਫਿਜ਼।